ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਆਪਣੀ ਨਿਵੇਕਲੀ ਗਾਇਕੀ ਲਈ ਜਾਣੇ ਜਾਂਦੇ ਸੁਖਦੇਵ ਸਾਹਿਲ, ਜਿਹੜੇ ਕਿ ਅੱਜ ਕੱਲ੍ਹ ਅਮਰੀਕਾ ਵਿੱਚ ਨਿਵਾਸ ਰੱਖਦੇ ਨੇ, ਉਹ ਸਾਡੇ ਦਰਮਿਆਨ ਨੇ। ਇੱਕ ਦੋ ਵਾਰ ਪਹਿਲਾਂ ਵੀ ਇਹਨਾਂ ਦਿਨਾਂ ਵਿੱਚ ਉਹਨਾਂ ਦੇ ਨਾਲ ਥੋੜ੍ਹੀ ਥੋੜ੍ਹੀ ਸਾਂਝ ਪਈ, ਪਰ ਲਗਾਤਾਰ ਪਿਛਲੇ ਕੁਝ ਵਰ੍ਹਿਆਂ ਤੋਂ ਜਿਵੇਂ ਅਮਰੀਕਾ ਵਿੱਚ ਸੰਗੀਤਕ ਸ਼ਾਮਾਂ ਜਿਹੜੀਆਂ ਨੇ ਇਹਨਾਂ ਦੇ ਨਾਲ ਉੱਥੋਂ ਦੇ ਲੋਕ ਸਾਂਝਾ ਕਰਦੇ ਰਹੇ ਨੇ, ਉਹਨਾਂ ਨੂੰ ਔਨਲਾਈਨ ਬਕਾਇਦਾ ਤੌਰ 'ਤੇ ਸੁਣਦੇ ਰਹੇ। ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਉਹ ਅੱਜ ਸਾਡੇ ਦਰਮਿਆਨ ਨੇ। ਮੈਂ ਤੁਹਾਡੇ ਸਾਰਿਆਂ ਵੱਲੋਂ ਉਹਨਾਂ ਦਾ ਸਵਾਗਤ ਕਰਦਾ ਔਰ ਉਹਨਾਂ ਨੂੰ ਸਭ ਤੋਂ ਮੈਂ ਜੇ ਕਹਿ ਦਿੱਤਾ ਮੈਨੂੰ ਗੁੱਸੇ ਹੋ ਜਾਣਾ, ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਪਣੀ ਗਾਇਕੀ ਦੇ ਨਾਲ ਸਾਨੂੰ ਸਾਰਿਆਂ ਨਾਲ ਨਿਵਾਜਣ, ਕਿਉਂਕਿ ਰਵਿੰਦਰ ਸਹਿਰਾ ਪੰਜਾਬੀ ਦੇ ਬੜੇ ਉੱਘੇ ਸ਼ਾਇਰ ਹਨ। ਕੱਲ੍ਹ ਰਾਤੀ ਜਦੋਂ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਅਤੇ ਉਹਨਾਂ ਨੇ ਬੜਾ ਵਧੀਆ ਦੋ ਸ਼ਬਦਾਂ ਵਿੱਚ ਗੱਲ ਲਿਖ ਕੇ ਭੇਜੀ, ਸੁਰੀਲੀ ਅਤੇ ਸਾਫ਼ ਸੁਥਰੀ ਗਾਇਕੀ ਦੇ ਮਾਲਕ ਸੁਖਦੇਵ ਸਾਹਿਲ ਨੂੰ ਮੇਰੇ ਵੱਲੋਂ ਸਲਾਮ। ਪੀਰ ਫਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂ, ਖਿਲੇ ਤਿੰਨਾਂ ਦੇ ਬਾਗ ਕਰੂ ਕੀਤਾ ਜਨਾ ਇਸ਼ਕ ਕਬੂ, ਆਹ।
ਲੱਖ ਕਰੋੜਾਂ
Thank you.
ਸਾਗਰ ਖਾਤਰ ਮਾਰੂ ਥਲ ਛੱਡ ਜਾਏ।
ਫੁੱਲਿਆਂ ਦੇ ਚੰਦ ਨੂੰ ਕੋਈ ਵਸਿਆ ਕੀ ਕਰ ਅਰਗ ਚੜਾਏ ਤਾ
ਤੁਸੀਂ ਸਾਰੇ ਪੰਜਾਬ ਦੇ ਹਮਾਇਤੀ ਆ, ਪੰਜਾਬੀ ਮਾਂ ਬੋਲੀ ਦੇ ਦਾਦੀ ਆ, ਪੰਜਾਬ ਲਈ ਇੰਨਾ ਤੜਫਦੇ ਆ ਤੁਸੀਂ। ਇਹ ਮੈਂ ਕੁਝ ਲਾਈਨਾਂ ਤੁਹਾਡੇ ਨਜ਼ਰ ਕਰ ਰਿਹਾ ਇਸੇ ਤਰੰਦਮ ਦੇ ਵਿੱਚ। ਉਸ ਤੋਂ ਬਾਅਦ ਮਾਹੌਲ ਜਿਸ ਤਰ੍ਹਾਂ ਦਾ ਮਰਜ਼ੀ ਕਰ ਸਕਦੇ, ਬਹੁਤ ਕੁਛ ਪਿਆ, ਪਰ ਜਿਸ ਤਰ੍ਹਾਂ ਦੀਆਂ ਸ਼ਖਸੀਅਤ ਬੈਠੀਆਂ ਉਹਦੇ ਹਿਸਾਬ ਨਾਲ ਹੀ ਮੈਂ ਹਾਜ਼ਰੀ ਦੇਵਾਂਗਾ। ਇਹ ਚੰਦ ਕਲੈਨਮ ਬਰਾਈ ਸਾਹਿਬ ਤੁਹਾਡੀ ਨਜ਼ਰ ਹੈ ਜੀ। ਨਦੀ ਝੀਲ ਚਸ਼ਮਾ ਨਾ ਦਰਿਆ ਕਿਤੇ, ਨਦੀ ਝੀਲ ਚਸ਼ਮਾ ਨਾ ਦਰਿਆ ਕਿਤੇ, ਨਾ ਮੌਸਮ ਹੀ ਦਿਸਦਾ ਕਿਤੇ ਕਿਰਮਣੀ ਦਾ, ਚੁਫੇਰੇ ਸੁਰਗਦਾ ਹੈ ਰੇਤਾ ਹੀ ਰੇਤਾ, ਚੁਫੇਰੇ ਸੁਲਗਦਾ ਰੇਤਾ ਹੀ ਰੇਤਾ, ਬੜਾ ਖੁਸ਼ਕ ਜਾਪੇ ਸਫਰ ਜ਼ਿੰਦਗੀ ਦਾ, ਨਦੀ ਝੀਲ ਚਸ਼ਮਾ ਨਾ ਦਰਿਆ ਕਿਤੇ। ਭਾਜੀ ਅਸ਼ੋਕ, ਮੈਂ ਹੁਣ ਫੋਨ ਕਰਦਾ ਸੀ ਚੱਕਿਆ ਨਹੀਂ, ਪਤਾ ਨਹੀਂ। ਥੈਂਕ ਯੂ। ਇਹ ਬਿਰਹਾ ਦੀ ਕੈਸੀ ਤੜਪ ਹੈ ਸੁਰਾਂ ਵਿੱਚ, ਵਾਹ। ਇਹ ਬਿਰਹਾ ਦੀ ਕੈਸੀ ਤੜਪ ਹੈ ਸੁਰਾਂ ਵਿੱਚ, ਜਿਵੇਂ ਹੂਕਦਾ ਸੁਣੇ ਰਾਤ ਪਰ ਦਰਦ ਕਿਉਂ ਬੰਸਰੀ ਦ,
ਜੋ ਪਿੜਾ ਕੇ ਤੁਰ ਗਿਆ, ਜੋਸ਼ ਮੇਰੇ ਹੋ ਲਾ ਕੇ
ਚੋਟ ਲਾਈ ਉਸ ਐਸੀ ਹਿਜਰ ਦੀ ਹਿਜਰ ਦੀ ਹਿਜਰ ਦੀ ਚੋਟ ਲਾਈ ਉਸ ਐਸੀ ਹਿਜਰ ਦੀ ਵੈਦ ਦੀ ਹੁਣ ਸਿਰ ਹਿਲਾ ਕੇ ਪਾਸੇ ਉਹ ਮੀਨਾਕਾਰੀ ਹੋ ਰਹੀ ਹੈ, ਇੱਕ ਪਾਸੇ ਲੰਗਰ ਚੱਲਦਾ, ਇੱਕ ਪਾਸੇ ਰਾਗ ਰਤਨ ਹੋ ਰਿਹਾ, ਅਤੇ ਉਹਨਾਂ ਨੇ ਇੱਕ ਦੋੜਾ ਲਿਖੋ ਜਿਹੜੇ ਲਿਖੇ ਇੱਥੇ ਖੜਕਾ ਦੁੱਕੜ ਵੱਜੇ ਤੱਤਾ ਹੋਵੇ ਚੁੱਲ੍ਹਾ ਔਰ ਫਕੀਰ ਅਤੇ ਖਾ ਖਾ ਜਾਵਣ ਰਾਜੀ ਹੋਵੇ ਬੁੱਲਾ। ਉਹ ਉਹਨੂੰ ਹੁਣ ਬੰਨਣਾ ਕਿੱਦਾਂ ਸੀ ਵੀ ਮੈਂ ਦੋ ਤਿੰਨ ਦੋੜੇ ਉਹਨਾਂ ਦੇ ਨਾਲ ਹੋਰ ਜੋੜ ਲੈ, ਇਹਨੂੰ ਮੈਂ ਪਹਿਲਾਂ ਰੱਖ ਲਿਆ ਅਤੇ ਕੰਪੋਜੀਸ਼ਨ ਤੁਹਾਡੀ ਨਜ਼ਰ ਕਰਾਂਗਾ, ਤੁਸੀਂ ਮੇਰੇ ਨਾਲ ਹੀ ਇਨਵੋਲਵ ਹੋ। ਥੈਂਕ ਯੂ ਬੈਬੀ ਸਾਹਿਬ, ਤੁਸੀਂ ਤੁਹਾਡੀ ਦੁਨੀਆ ਮੈਨੂੰ ਪਤਾ ਹੋ ਰਿਹਾ, ਫਿਰ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਚੰਦ ਲੈਣਾ ਪਹਿਲਾਂ ਬਾਬਾ ਬੁੱਲੇ ਸ਼ਾਹ ਦਿੱਤਾ ਪੜ ਪੜਿਆਲ ਫਾਜ਼ਲ ਬਣਿਓ ਆਪਣੇ ਆਪ ਨੂੰ ਭੱਜ ਭੱਜ ਵੜਦਾ ਮੰਦਰ ਮਸੀਤਾ ਕਦੇ ਆਪਣੇ ਅੰਦਰ ਤੂੰ ਵੜੇ ਰੋਜ਼ ਸ਼ੈਤਾਨ ਨਾਲ ਲੜਦਾ ਜਿਹੜਾ ਘਰ ਬੈਠਾ ਤੂੰ
ਜਿਹੜੀ ਮੌਤ ਡੈਣ ਨੇ ਪੂਰੀ ਦੁਨੀਆ ਨੂੰ ਖਾ ਲਿਆ ਹੈ,
ਪਾਣੀ ਖੂਹੇ ਤੋਂ ਚੱਲ ਪਈਏ ਨੀ ਪਾਣੀ ਖੂਹੇ ਤੋਂ ਚੱਲ ਪਈਏ ਜਿੰਦ ਸਾਡੀ ਤੂੰ ਕੱਢ ਲਈ ਖਾਲੀ ਹੱਡੀਆਂ ਨੂੰ ਕੀ ਕਰੀਏ ਯਾਰ
ਦੁਨੀਆਂ ਚ ਘੱਟ ਲੱਭਦੇ ਓ ਬੰਦੇ
ਕਦੀ ਨਹੀਂ ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ ਕੁਛ ਤਾਂ ਸੇਕਣਗੇ ਮਾਂ ਦੇ ਸਿਰੇ ਦੀ ਲਗਨ ਨਾਲ ਗਾਓ ਯਾਰ ਸਾਰਿਆਂ ਦੇ ਨਾਲ ਬਾਕੀ ਕਬਰਾਂ ਦੇ ਦੁੱਖ ਹੇਠ ਜਾਵੇ ਪਰੇਸ਼ਾਨ ਵੀ ਹੋਈ ਇਸ ਕੰਮ ਚ ਸੋ ਇੱਕ ਸ਼ਿਵ ਹੋਰਾਂ ਦਾ ਮਾਏ ਦੀ ਮਾਏ ਮੇਰੇ ਗੀਤਾਂ ਦੇ ਨੇ ਥੋੜਾ ਸਮੇਂ ਨੂੰ ਮੁੱਖ ਰੱਖ ਕੇ ਥੋੜਾ ਥੋੜਾ ਵੀ ਜਿੰਨਾ ਵੀ ਹੈ ਮਾਏ ਨੀ ਮਾਏ ਮੇਰੇ ਗੀਤਾਂ ਦੇ ਰਹਿਣਾ ਵਿੱਚ ਰੜਕ ਮਾਏ Thank you.
ਨਿਖੁਲਾ ਵਰਗੀਓ ਕੁਣੀਓ ਨਿਚੋ
ਉਸਤਾਦ ਸ਼ੌਕਤ ਅਲੀ ਸਾਹਿਬ ਹੋਰਾਂ ਤੋਂ ਵੀ ਮੈਨੂੰ ਸਿੱਖਿਆ ਉਹਨਾਂ ਤੋਂ ਮਿਲਿਆ, ਸਿੱਖਣਾ ਥੋੜ੍ਹਾ ਜਿਹਾ ਟਾਈਮ ਮਿਲਿਆ, ਉਹਨਾਂ ਦੀ ਹਾਜ਼ਰੀ ਦੇ ਨਾਲ ਮੈਂ ਤਦ ਤੋਂ ਬਾਅਦ ਇਹ ਪੰਜਾਬ ਦੀ ਮਿੱਟੀ ਦਾ ਗਾਣਾ ਸਾਡਾ ਉਛਲਾ ਬੇਰੀ Yeah.
ਕਹਿੰਦੇ ਮਦਨ ਮਿਊਜ਼ਿਕ ਸੈਂਟਰ ਵਾਲੇ ਕਹਿੰਦੇ ਪਹਿਲੀ ਮਾਧੋਪੁਰ ਪਿੰਡ ਦਾ ਨਾਮ ਰੋਸ਼ਨ ਕੀਤਾ ਉਹ ਦਿਨ ਤੇ ਅੱਜ ਦਿਨ ਇਹ ਮੈਨੂੰ ਇਵੇਂ ਆਪਣੇ ਮਨ ਵਿੱਚ ਵਸਾ ਕੇ ਬੈਠੇ ਨੇ ਜੇ ਇਸ ਮਹਿਫਲ ਵਿੱਚ ਵੀ ਗਾਉਂਦੇ ਨੇ ਮੈਂ ਉੱਥੇ ਹਾਜ਼ਰ ਹੋਵਾਂ ਅਤੇ ਮੇਰੇ ਲਈ ਦੁਆ ਕਰਦੇ ਨੇ ਅਤੇ ਮੈਂ ਸਦਾ ਇਹਨਾਂ ਦੀ ਸਾਫ ਸੁਥਰੀ ਗਾਇਕੀ ਦਾ ਸਤਿਕਾਰ ਕਰਦਿਆਂ ਇੱਕ ਅਧਿਆਪਕ ਵਜੋਂ ਆਪਣੇ ਮਨ ਵਿੱਚ ਇੰਨਾ ਮਾਣ ਰੱਖਦਾ ਅਤੇ ਆਖਦਾ ਵੀ ਪੰਜਾਬੀ ਪਿਆਰਿਆਂ ਨੂੰ ਇਹੋ ਜਿਹੇ ਗਾਇਕ ਤੋਂ ਸਿੱਖਿਆ ਲੈਣੀ ਚਾਹੀਦੀ। ਅੱਜ ਪੰਜਾਬੀ ਗਾਇਕੀ ਵੱਡੇ ਵੱਡੇ ਸਾਜ਼ਾਂ ਅਤੇ ਵੱਡੀਆਂ ਵੱਡੀਆਂ ਆਵਾਜ਼ਾਂ ਦੀ ਸ਼ਬਦ ਵਰਤਣ ਲੱਗਾ ਸ਼ਿਕਾਰ ਹੋਈ ਬੈਠੀ ਜਿਹਦੇ ਨਾਲ ਕੋਈ ਰੰਗ ਨਹੀਂ ਵੱਜਦਾ। ਬੜਾ ਕੁਝ ਹੋਰ ਵੱਜ ਜਾਂਦਾ ਪਰ ਰੰਗ ਕੋਈ ਨਹੀਂ ਵੱਜਦਾ। ਜੇ ਸਕੂਨ ਦੇ ਨਾਲ ਇੰਨੇ ਕੁ ਵਿਅਕਤੀ ਇੰਨੀਆਂ ਕੁ ਸ਼ਖਸੀਅਤਾਂ ਤੁਸੀਂ ਇੱਥੇ ਆ ਕੇ ਬੈਠੇ ਡੇਢ ਘੰਟਾ ਆਨੰਦ ਮਾਣਿਆ ਸੱਚਮੁੱਚ ਇਵੇਂ ਲੱਗਿਆ ਜਿਵੇਂ ਮੇਰੇ ਵਰਗਾ ਬੰਦਾ ਜਿਹੜਾ ਐਵੇਂ ਇੱਧਰ ਉੱਧਰ ਘੁੰਮਦਾ ਘੁੰਮਦਾ ਤੁਰਿਆ ਫਿਰਦਾ ਰਹਿੰਦਾ ਮੈਂ ਵੀ ਇਸ ਸਮੇਂ ਨੂੰ ਚਾਹੇ ਚਾਹ ਦੇ ਪ੍ਰਬੰਧ ਲਈ ਇੱਧਰ ਉੱਧਰ ਜਾਣਾ ਵੀ ਪਿਆ ਬੜਾ ਆਨੰਦ ਮਾਣਿਆ। ਅੱਜ ਸਾਡੇ ਇਸ ਬਲੱਡ ਬੈਂਕ ਦੇ ਵਿਹੜੇ 'ਚ ਆ ਕੇ ਸਕੇਪ ਸਾਹਿਤਕ ਸੰਸਥਾ ਵੱਲੋਂ ਜਿਹੜਾ ਇਹ ਪ੍ਰੋਗਰਾਮ ਤੁਹਾਡੀ ਨਜ਼ਰ ਕੀਤਾ ਗਿਆ ਇਸ ਨੂੰ ਯਤਨ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਵੀ ਅੱਗੋਂ ਕਰਦੇ ਰਹੀਏ। ਸਾਹਿਲ ਅਮਰੀਕਾ ਵੱਸਦਾ ਮੇਰਾ ਬੇਟਾ ਇਹਨਾਂ ਦੀ ਸੰਗਤ ਵਿੱਚ ਰਹਿੰਦਾ ਸਾਡੀ ਕੁੜਮਣੀ ਇਹਨਾਂ ਦੇ ਨਾਲ ਰਹਿੰਦੇ ਨੇ ਆਸ਼ਾ ਸ਼ਰਮਾ ਦੋਹੇ ਜਿਵੇਂ ਇੱਥੇ ਆਪਾਂ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਉੱਥੇ ਇਹ ਰੈਸਟੋਰੈਂਟਾਂ 'ਚ ਕਰਦੇ ਨੇ ਭਾਈ ਵੱਡੇ ਬੰਦੇ ਨੇ ਅਸੀਂ ਤਾਂ ਸਧਾਰਨ ਬੰਦੇ ਹਾਂ ਤੁਸੀਂ ਇੱਦਾਂ ਦੀ ਠੀਕ ਹੈ ਉੱਥੇ ਡਾਲਰ ਮਿਲਦੇ ਨੇ ਅਸੀਂ ਤਾਂ ਭਾਈ ਦੇਣ ਜੋਗੇ ਕੁਛ ਨਹੀਂ ਪਰ ਅਸੀਂ ਪਿਆਰ ਦੇਣ ਜੋਗੇ ਡਾਲਰ ਵੀ ਤੁੜਾ ਕੇ ਇਹੀ ਮਿਲਦੇ ਸੋ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਤੁਸੀਂ ਆਏ ਹੋ ਮੈਂ ਆਪਣੇ ਪ੍ਰਧਾਨ ਪਰਵਿੰਦਰਜੀਤ ਹੋਰਾਂ ਨੂੰ ਸਾਬਕਾ ਪ੍ਰਧਾਨ ਸੰਧੂ ਸਾਹਿਬ ਕਿਤ ਕੋਮਲ ਜੀ ਚੋਰ ਸਾਹਿਬ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦਾ ਸਨਮਾਨ ਕਰਨ ਦਾ ਮੇਰਾ ਅਵਾਰਡ ਹੈ ਮਾਣ। ਥੈਂਕ ਯੂ ਮੇਰੇ ਨੇੜੇ ਬਣਾ ਰਹੇ
ਉਸਦੀ ਬਾਅਦ ਤੋਂ ਸੁਣਿਆ ਕਰਾਂਗੇ ਉਸਦੇ।